ਗਠਬੰਧਨ ਜਿਹੜਾ ਤੁਸੀਂ ਕਰ ਰਹੇ ਹੈਗੇ ਹੋ ਉਹ ਕਿਸ ਤਰੀਕੇ ਕਾਂਗਰਸ ਦੇ ਨਾਲ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਤੁਹਾਨੂੰ ਇਸ ਬਾਰੇ ਕੋਈ ਸਵਾਲ ਨਹੀਂ ਪੁੱਛਿਆ ਤੁਹਾਡੀ ਕੋਈ ਇਜਾਜ਼ਤ ਨਹੀਂ ਲਈ ਕਿਉਂਕਿ ਤੁਸੀਂ ਆਲਰੇਡੀ ਜਿਹੜਾ ਹੈਗਾ ਕਾਂਗਰਸ ਦੇ ਦੋ MPਾਂ ਦੀ ਜਿਹੜੀ ਹੈਗੀ ਹੈ ਟਿਕਟ ਕਟਾਈ ਸੀਗੀ ਇਹ ਜਿਹੜਾ ਗਠਬੰਧਨ ਦੀ ਗੱਲ ਚੱਲ ਰਹੀ ਹੈ ਇਹਦੇ ਬਾਰੇ ਮੇਰੇ ਨਾਲ ਕੋਈ ਸਲਾਹ ਨਹੀਂ ਹੋਈ ਮੈਂ ਉਹਨਾਂ ਨੂੰ ਪਾਰਟੀ ਨੂੰ ਸਾਫ਼ ਸਲਾਹ ਦੇ ਦਿੱਤੀ ਹੈ ਕਿ 1984 ਦੇ ਕਤਲੇਆਮ ਦਾ ਜਿਹੜਾ ਕਲੰਕ ਹੈ ਉਹ ਕਾਂਗਰਸ ਦੇ ਮੱਥੇ ਤੋਂ ਨਹੀਂ ਲੈ ਸਕਦਾ ਤੇ ਜਦ ਤੱਕ ਉਹ ਟਾਈਟਲਰ ਨੂੰ ਪਾਰਟੀ ਚੋਂ ਬਾਹਰ ਨਹੀਂ ਕੱਢਦੇ ਜਦ ਤੱਕ ਉਹ ਗਲਤੀ ਮੰਨ ਕੇ ਮਾਫੀ ਨਹੀਂ ਮੰਗਦੇ ਤਦ ਤੱਕ ਘੱਟੋ ਘੱਟ ਕਾਂਗਰਸ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਜੇ ਕੋਈ ਸਮਝੌਤਾ ਇਸ ਤਰ੍ਹਾਂ ਗਠਬੰਧਨ ਹੁੰਦਾ ਹੈ ਤੇ ਮੈਂ ਉਹਦੇ ਵਿੱਚ ਸਪੋਰਟ ਨਹੀਂ ਕਰ ਸਕਦਾ ਮੈਂ ਉਹਦੇ ਨਾਲ ਨਹੀਂ ਹੋ ਸਕਦਾ ਇਹ ਤੁਸੀਂ ਕਲੀਅਰ ਮੈਂ ਉਹਦੇ 'ਚ ਬਿਲਕੁਲ ਕਲੀਅਰ ਕਰ ਦਿੱਤਾ ਅਤੇ ਪਾਰਟੀ ਪ੍ਰਧਾਨ ਨੂੰ ਅਰਵਿੰਦ ਕੇਜਰੀਵਾਲ ਨੂੰ ਮੈਂ ਇਹ ਇਨਫੋਰਮੇਸ਼ਨ ਉਹਨੂੰ ਪਹੁੰਚਾ ਦਿੱਤੀ ਔਰ ਇੱਥੇ ਤਾਂ ਤੁਸੀਂ ਗਠਬੰਧਨ ਮੰਗ ਰਹੇ ਹੋ ਕਾਂਗਰਸ ਦੇ ਨਾਲ ਪਰ ਪੰਜਾਬ ਦੇ ਵਿੱਚ ਤੁਸੀਂ ਓਪੋਜੀਸ਼ਨ ਦੇ ਵਿੱਚ ਹੈਗੇ ਹੋ ਜਾਂ ਤਾਂ ਫਿਰ ਤੁਸੀਂ ਗਠਬੰਧਨ ਮੰਗ ਰਹੇ ਹੋ ਤਾਂ ਤੁਸੀਂ ਕਿਸ ਬਿਹਾਫ 'ਤੇ ਮੰਗ ਰਹੇ ਹੋ ਪੰਜਾਬ ਦੇ ਵਿੱਚ ਤੁਸੀਂ ਕਾਂਗਰਸ ਨੂੰ ਗਾਲਾਂ ਕੱਢਦੇ ਹੋ ਕਿ ਵੀ ਕੈਪਟਨ ਨੇ ਇਹ ਕੀਤਾ ਕੈਪਟਨ ਨੇ ਉਹ ਕੀਤਾ ਉੱਥੇ ਵਿਰੋਧ ਕਰਦੇ ਹੋ ਇੱਥੇ ਤੁਸੀਂ ਗਠਬੰਧਨ ਮੰਗ ਰਹੇ ਹੋ ਪਰ ਕੱਲ੍ਹ ਨੂੰ ਜਦੋਂ ਵਿਧਾਨ ਸਭਾ ਚੋਣਾਂ ਦੇ ਵਿੱਚ ਹੋਣਗੀਆਂ ਤਾਂ ਕੀ ਮੂੰਹ ਲੈ ਕੇ ਕਾਂਗਰਸ ਲੋਕਾਂ ਦੇ ਵਿੱਚ ਜਾਏਗੀ ਅਤੇ ਕੀ ਮੂੰਹ ਲੈ ਕੇ ਆਮ ਆਦਮੀ ਪਾਰਟੀ ਲੋਕਾਂ ਦੇ ਵਿੱਚ ਜਾਏਗੀ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਦੇ ਨਾਲ ਕੋਈ ਸਮਝੌਤਾ ਕਰਨਾ ਚਾਹੀਦਾ ਖਾਸ ਕਰ ਜਦੋਂ ਅੱਗੇ 2020 ਦੀਆਂ ਵਿਧਾਨ ਸਭਾ ਚੋਣਾਂ ਵੀ ਆ ਰਹੀਆਂ ਨੇ ਇਸ ਕਰਕੇ ਉਹਨੂੰ ਇੱਥੇ ਦਿੱਲੀ ਵਿੱਚ ਜਿਉਂਦਾ ਕਿਸੇ ਵੀ ਢੰਗ ਨਾਲ ਕਰਨਾ ਨਹੀਂ ਚਾਹੀਦਾ ਇਹ ਸਿਆਸਤ ਵੀ ਕਹਿੰਦੀ ਹੈ ਦਿੱਲੀ ਔਰ ਹਰਿਆਣੇ ਦੇ ਵਿੱਚ ਮੰਗਿਆ ਜਾ ਰਿਹਾ ਅਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਮੰਗਿਆ ਜਾ ਰਿਹਾ ਜਦਕਿ ਪੰਜਾਬ ਦੇ ਵਿੱਚ ਤਾਂ ਤੁਹਾਡੇ 20 MLA ਹੈਗੇ ਆ ਆਲਰੇਡੀ 4 ਤੁਹਾਡੇ MP ਹੈਗੇ ਆ ਪੰਜਾਬ ਦਾ ਸਹਿ ਪਰਿਵਾਰੀ ਪਹਿਲੇ ਸੀ 2 ਸਾਲ ਤੋਂ ਪੰਜਾਬ ਦੇ ਵਿੱਚ ਕੀ ਹੋ ਰਿਹਾ ਮੈਂ ਉਹਦੇ 'ਚ ਸ਼ਾਮਿਲ ਨਹੀਂ ਹਾਂ ਮੇਰੀ ਕੋਈ ਐਸੀ ਕੋਈ ਗੱਲ ਮਤਲਬ ਮੰਨੀ ਨਹੀਂ ਗਈ ਜਿਸ ਤਰ੍ਹਾਂ ਦੇ ਨਾਲ ਹੈ ਤੁਸੀਂ ਇਸ ਕਰਕੇ ਮੈਂ ਉਹਦੇ ਵਿੱਚ ਜ਼ਿਆਦਾ ਦਖਲ ਅੰਦਾਜ਼ੀ ਨਹੀਂ ਕਰ ਸਕਦਾ ਮੈਂ ਪੰਜਾਬ 'ਚ ਵੀ ਮੈਂ ਪ੍ਰਚਾਰ ਕਰਨ ਵੀ ਨਹੀਂ ਜਾ ਰਿਹਾ ਅਤੇ ਮੈਨੂੰ ਇਹਨਾਂ ਨੇ ਸਟਾਰ ਪ੍ਰਚਾਰਕ ਬਣਾਇਆ ਇੱਥੇ ਵੀ ਮੈਂ ਪਰ ਮੈਂ ਉਹਦੇ 'ਚ ਅਜੇ ਇੰਟਰਸਟ ਨਹੀਂ ਲੈ ਰਿਹਾ ਜਦ ਤੱਕ ਇਹ ਗਠਬੰਧਨ ਵਾਲੀ ਗੱਲ ਕਲੀਅਰ ਨਹੀਂ ਹੁੰਦੀ ਹੈ ਗਠਬੰਧਨ ਜਿਹੜਾ ਤੁਸੀਂ ਕਰ ਰਹੇ ਹੈਗੇ ਹੋ ਉਹ ਕਿਸ ਤਰੀਕੇ ਕਾਂਗਰਸ ਦੇ ਨਾਲ ਹੋ ਸਕਦਾ ਕਿ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਤੁਹਾਨੂੰ ਇਸ ਬਾਰੇ ਕੋਈ ਸਵਾਲ ਨਹੀਂ ਪੁੱਛਿਆ ਤੁਹਾਡੀ ਕੋਈ ਇਜਾਜ਼ਤ ਨਹੀਂ ਲਈ ਕਿਉਂਕਿ ਤੁਸੀਂ ਆਲਰੇਡੀ ਜਿਹੜਾ ਹੈਗਾ ਕਾਂਗਰਸ ਦੇ ਦੋ MPਾਂ ਦੀ ਜਿਹੜੀ ਹੈਗੀ ਟਿਕਟ ਕਟਾਈ ਸੀਗੀ ਐਡਾ ਵੱਡਾ ਤੁਹਾਡਾ ਹੁਣ ਤੱਕ ਦਾ ਆਪਾਂ ਕਹਿ ਦਈਏ ਕਿ ਪੂਰੀ ਤੁਸੀਂ ਜ਼ਿੰਦਗੀ ਗਾਲ ਦਿੱਤੀ ਇਸ ਦੇ ਵਿੱਚ ਕਿ ਕਾਂਗਰਸ ਨੂੰ ਦੋਸ਼ੀ ਸਾਬਤ ਕਰਨ ਦੇ ਵਿੱਚ ਔਰ ਅੱਜ ਤੁਹਾਡੀ ਪਾਰਟੀ ਜਿਹੜੀ ਹੈਗੀ ਕਾਂਗਰਸ ਦੇ ਨਾਲ ਗਠਬੰਧਨ ਕਰਨ ਵਾਸਤੇ ਆਪ ਪਹਿਲ ਕਰਦੀ ਪਈ ਹੈ ਇਹਦੇ 'ਚ ਦੋ ਗੱਲਾਂ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਮੇਰੇ ਨਾਲ ਇਹਦੇ ਬਾਰੇ ਕੋਈ ਸਲਾਹ ਨਹੀਂ ਹੋਈ ਭਾਵੇਂ ਉਹਨਾਂ ਨੇ ਸਲਾਹ ਨਹੀਂ ਕੀਤੀ ਪਰ ਮੈਂ ਆਪਣੀ ਸਲਾਹ ਉਹਨਾਂ ਨੂੰ ਬਹੁਤ ਕਲੀਅਰ ਦੇ ਦਿੱਤੀ ਹੈ ਪਰ ਤੁਸੀਂ ਸਲਾਹ ਕਿ ਤੁਸੀਂ ਇੱਕ ਸੀਨੀਅਰ ਲੀਡਰ ਸਲਾਹ ਦੇ ਚੁੱਕਾ ਮੈਂ ਆਪਣੀ ਸਲਾਹ ਦੇ ਨੂੰ ਇੱਕ ਬਹੁਤ ਵੱਡੀ ਤੁਹਾਡੀ ਮੇਰੇ ਮੈਨੂੰ ਲੱਗਦਾ ਕਿ ਜਿਸ ਤਰੀਕੇ ਜੋ ਤੁਹਾਡੀ ਕੁਰਬਾਨੀ ਹੈਗੀ ਆਮ ਆਦਮੀ ਪਾਰਟੀ ਵਾਸਤੇ ਉਹਨੂੰ ਜਿਹੜਾ ਹੈਗਾ ਉਹਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਤੁਸੀਂ ਆਪਣੀ ਆਮ ਆਦਮੀ ਪਾਰਟੀ ਦੀ ਤੁਸੀਂ ਆਪਣੀ MLA ਦੀ ਤੁਸੀਂ ਸੀਟ ਰਜੌਰੀ ਗਾਰਡਨ ਦੀ ਛੱਡ ਕੇ ਕੁਰਬਾਨ ਕਰਕੇ ਪੰਜਾਬ ਦੇ ਵਿੱਚ ਤੁਸੀਂ ਇੱਕ ਬੜੀ ਟਫ ਸਭ ਤੋਂ ਟਫ ਜਿਹੜੀ ਸੀਟ ਸੀਗੀ ਕੈਪਟਨ ਅਮਰਿੰਦਰ ਸਿੰਘ ਔਰ ਬਾਦਲ ਦੇ ਖਿਲਾਫ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਲੜੇ ਸੀਗੇ ਔਰ ਜਿੱਧਰ ਤੱਕ ਮੈਨੂੰ ਪਤਾ ਕਿ ਤੁਹਾਨੂੰ ਭਾਵੇਂ ਅੰਦਰੋਂ ਅੰਦਰੋਂ ਪਤਾ ਜ਼ਰੂਰ ਸੀਗਾ ਕਿ ਸ਼ਾਇਦ 100% ਜਿਹੜੀ ਹੈਗੀ ਆਰ ਪਾਰ ਦੀ ਗੇਮ ਤਾਂ ਹੈਗੀ ਹੈ ਕਿ ਜਾਂ ਤੇ ਜੇ ਕਿ ਗੁੱਡੀ ਚੜ ਜਾਏਗੀ ਜਾਂ ਸ਼ਾਇਦ ਮਤਲਬ ਤੁਹਾਨੂੰ ਪਤਾ ਜ਼ਰੂਰ ਹੋਏਗਾ ਕਿ ਉਹ ਤੇ ਕੁਰਬਾਨੀ ਰਹੀ ਹੈ ਮੇਰੀ ਨਹੀਂ ਉੱਥੇ ਆਪਾਂ ਕੋਈ ਗੁੱਡੀ ਚੜਾ ਨਹੀਂ ਗਏ ਸੀ ਜਦੋਂ ਪੰਜਾਬ ਦੇ ਵਿੱਚ ਨਸ਼ਿਆਂ 'ਚ ਬੱਚਿਆਂ ਨੂੰ ਮਰਦੇ ਵੇਖਿਆ ਜਦੋਂ ਕਰਜ਼ਾ ਸਿਰ ਤੇ ਚੜਿਆ ਵੇਖਿਆ ਜਦੋਂ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਦੇ ਵੇਖਿਆ ਜਦੋਂ ਉੱਥੇ ਭ੍ਰਿਸ਼ਟਾਚਾਰ ਦਾ ਆਲਮ ਦੇਖਿਆ ਤੇ ਫਿਰ ਇਹ ਮਨ ਨੇ ਕਿਹਾ ਕਿ ਸਿਆਸਤ 'ਚ ਅਸੀਂ ਕੋਈ ਇੱਥੇ ਪੈਨਸ਼ਨਾਂ ਲਵਾਉਣ ਜਾਂ ਕੋਈ ਆਪਣੀਆਂ ਸੈਲਰੀਆਂ ਲੈਣ ਨਹੀਂ ਆਏ ਜੇ ਇਹ ਮੌਕਾ ਹੈ ਮੈਂ ਉਦੋਂ ਆਪਣੀ ਪੱਤਰਕਾਰਤਾ ਦੇ ਕੈਰੀਅਰ ਦੀ ਵੀ ਪਰਵਾਹ ਨਹੀਂ ਕੀਤੀ ਸੀ ਤੇ ਉਦੋਂ ਫਿਰ ਮੈਂ ਆਪਣੇ MLA ਸ਼ਿਪ ਦੀ ਪਰਵਾਹ ਨਹੀਂ ਕੀਤੀ ਤੇ ਉੱਥੇ ਲੜਿਆ ਸੀ ਦੂਜੀ ਗੱਲ ਮੈਂ ਫਿਰ ਕਹਿ ਦਿੰਦਾ ਕਿ ਇਹ ਜਿਹੜਾ ਗਠਬੰਧਨ ਦੀ ਗੱਲ ਚੱਲ ਰਹੀ ਹੈ ਇਹਦੇ ਬਾਰੇ ਮੇਰੇ ਨਾਲ ਕੋਈ ਸਲਾਹ ਨਹੀਂ ਹੋਈ ਪਰ ਮੈਂ ਆਪਣੀ ਸਲਾਹ ਦੇ ਦਿੱਤੀ ਪਾਰਟੀ ਤੁਸੀਂ ਕੀ ਸਲਾਹ ਮੈਂ ਉਹਨਾਂ ਨੂੰ ਪਾਰਟੀ ਨੂੰ ਸਾਫ਼ ਸਲਾਹ ਦੇ ਦਿੱਤੀ ਹੈ ਕਿ 1984 ਦੇ ਕਤਲੇਆਮ ਦਾ ਜਿਹੜਾ ਕਲੰਕ ਹੈ ਉਹ ਕਾਂਗਰਸ ਦੇ ਮੱਥੇ ਤੋਂ ਨਹੀਂ ਲੈ ਸਕਦਾ ਤੇ 1984 ਦੇ ਜਿਹੜੇ ਕਾਤਲ ਨੇ ਸੱਜਣ ਕੁਮਾਰ ਤੇ ਟਾਈਟਲਰ ਇਹ ਕਾਂਗਰਸ ਪਾਰਟੀ ਵਿੱਚ ਸੀਗੇ ਤੇ ਜਦੋਂ ਹੁਣ ਸੱਜਣ ਕੁਮਾਰ ਨੂੰ ਸਜ਼ਾ ਹੋਈ ਹੈ ਤਾਂ ਕਾਂਗਰਸ ਪਾਰਟੀ 'ਚ ਉਹਨੂੰ ਕੱਢਿਆ
ਪਰ ਟਾਈਟਲਰ ਅਜੇ ਵੀ ਕਾਂਗਰਸ ਪਾਰਟੀ ਦਾ ਹਿੱਸਾ ਹੈ। ਦੂਜੀ ਗੱਲ, ਰਾਹੁਲ ਗਾਂਧੀ 84 ਦੇ ਕਤਲੇਆਮ ਨਸਲਕੁਸ਼ੀ ਨੂੰ ਗਲਤੀ ਮੰਨ ਕੇ ਮਾਫ਼ੀ ਮੰਗਣ ਦੀ ਬਜਾਏ ਕਹਿੰਦਾ ਹੈ ਕਿ ਉਹ ਕਾਂਗਰਸ ਦਾ ਉਹਦੇ 'ਚ ਕੋਈ ਰੋਲ ਨਹੀਂ ਸੀ। ਇਹ ਤੋਂ ਸਾਫ਼ ਹੁੰਦਾ ਹੈ ਕਿ ਇਹ ਕਾਂਗਰਸ ਜਿਹੜੀ ਹੈ ਇਹ ਮੁਖੌਟਾ ਪਾਇਆ ਹੋਇਆ, ਉਹਨੂੰ ਕੋਈ ਗਲਤੀ ਦਾ ਅਹਿਸਾਸ ਨਹੀਂ ਹੈ। ਤੇ ਜਦ ਤੱਕ ਉਹ ਟਾਈਟਲਰ ਨੂੰ ਪਾਰਟੀ 'ਚੋਂ ਬਾਹਰ ਨਹੀਂ ਕੱਢਦੇ, ਜਦ ਤੱਕ ਉਹ ਗਲਤੀ ਮੰਨ ਕੇ ਮਾਫ਼ੀ ਨਹੀਂ ਮੰਗਦੇ, ਤਦ ਤੱਕ ਘੱਟੋ ਘੱਟ ਕਾਂਗਰਸ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਜੇ ਕੋਈ ਸਮਝੌਤਾ ਇਸ ਤਰ੍ਹਾਂ ਗਠਬੰਧਨ ਹੁੰਦਾ ਹੈ ਤੇ ਮੈਂ ਉਹਦੇ ਵਿੱਚ ਸਪੋਰਟ ਨਹੀਂ ਕਰ ਸਕਦਾ, ਮੈਂ ਉਹਦੇ ਨਾਲ ਨਹੀਂ ਹੋ ਸਕਦਾ। ਇਹ ਤੁਸੀਂ ਕਲੀਅਰ ਹੈ? ਮੈਂ ਉਹਦੇ 'ਚ ਬਿਲਕੁਲ ਕਲੀਅਰ ਕਰ ਦਿੱਤਾ ਤੇ ਪਾਰਟੀ ਪ੍ਰਧਾਨ ਨੂੰ ਅਰਵਿੰਦ ਕੇਜਰੀਵਾਲ ਨੂੰ ਮੈਂ ਇਹ ਇਨਫੋਰਮੇਸ਼ਨ ਉਹਨੂੰ ਪਹੁੰਚਾ ਦਿੱਤੀ ਔਰ ਕਲੀਅਰ ਦਾ ਕੋਈ ਰਿਐਕਸ਼ਨ ਆਇਆ ਉਹਨਾਂ ਵੱਲੋਂ? ਮੈਨੂੰ ਲੱਗਦਾ ਕਿ ਅਜੇ ਮੈਨੂੰ ਨਹੀਂ ਲੱਗਦਾ ਕਿ ਇਹ ਗਠਬੰਧਨ ਹੋਣ ਜਾ ਰਿਹਾ। ਮੈਨੂੰ ਦੇਖੋ, ਮੇਰੀ ਗੱਲ ਸੁਣੋ, ਜੋ ਗਠਬੰਧਨ ਦੀ ਜ਼ਿੰਮੇਵਾਰੀ ਜਿੱਦਾਂ ਤੱਕ ਮੈਂ ਜਾਣਦਾ ਕਿ ਸੰਜੇ ਸਿੰਘ ਨੂੰ ਦਿੱਤੀ ਗਈ ਹੈਗੀ ਆ ਔਰ ਸੰਜੇ ਸਿੰਘ ਦੇ ਪੰਜਾਬ ਦੇ ਪ੍ਰਭਾਰੀ ਵੀ ਰਹਿ ਚੁੱਕੇ ਆ। ਇਹਦੇ ਵਿੱਚ ਦੇਖੋ ਕਾਫੀ ਕੁਝ ਜਿਹੜਾ ਹੁੰਦਾ ਉੱਪਰ ਦਿਸਣ ਨੂੰ ਕੁਝ ਹੁੰਦਾ, ਮੈਂ ਉਹਦੇ 'ਚ ਕਹਿਣਾ ਨਹੀਂ ਚਾਹੁੰਦਾ। ਕਦੇ ਕਦੇ ਹੁੰਦਾ ਪਾਰਟੀ ਦੀ ਰਣਨੀਤੀ ਹੁੰਦੀ, ਜਿਸ ਦਿਨ ਇਹੋ ਜਿਹਾ ਕੁਝ ਹੋਏਗਾ ਮੈਂ ਆਪਣਾ ਜਿਹੜਾ ਸਟੈਂਡ ਕਲੀਅਰ ਕੀਤਾ ਹੋਇਆ, ਮੈਂ ਉਹਦੇ ਉੱਤੇ ਜਿਹੜਾ ਮੈਂ ਉਹਨੂੰ ਕਹਿ ਦਿੱਤਾ ਸੀ ਕਿ ਮੈਂ ਉਚਿਤ ਨਿਰਣਾ ਆਪਣਾ ਫੈਸਲਾ ਸੁਣਾ ਦਿਆਂਗਾ। ਜਰਨੈਲ ਸਿੰਘ ਜੀ, ਦੋ ਗੱਲਾਂ ਨੇ। ਇੱਕ ਤੇ ਹੈ ਨਾ ਕਿ ਵੀ ਹਾਂ, ਇਹ ਗੱਲ ਮੈਂ ਇੱਥੇ ਇੱਕ ਗੱਲ ਜ਼ਰੂਰ ਜੋੜਨੀ ਚਾਹੁੰਦਾ ਕਿ ਜੋ ਕੰਮ ਉਸ ਵੇਲੇ ਇੰਦਰਾ ਗਾਂਧੀ ਕਰਦੀ ਸੀ, ਜੋ ਰਾਜਨੀਤੀ ਸਿਆਸਤ ਇੰਦਰਾ ਗਾਂਧੀ ਖੇਲ ਰਹੀ ਸੀ, ਅੱਜ ਉਹੀ ਸਿਆਸਤ ਬੀਜੇਪੀ ਕਰ ਰਹੀ ਹੈ। ਅੱਜ ਉਹੀ ਲਾਈਨ ਦੇ ਉੱਤੇ ਮੋਦੀ ਚੱਲ ਰਿਹਾ ਜਿਹਦੇ ਵਿੱਚ ਪਾੜੋ ਤੇ ਰਾਜ ਕਰੋ, ਮਾਈਨੋਰਟੀਜ਼ ਨੂੰ ਅਟੈਕ ਕਰੋ, ਦੂਜਿਆਂ ਨੂੰ ਅੱਤਵਾਦੀ ਦੱਸੋ ਤੇ ਆਪਣੇ ਭਾਵੇਂ ਅੱਤਵਾਦੀ ਹੋਣ ਤੇ ਉਹਨਾਂ ਨੂੰ ਬਿਠਾ ਕੇ, ਜਿੱਦਾਂ ਸਾਧਵੀ ਪ੍ਰਗਿਆ, ਸੀਮਾ ਆਨੰਦ, ਕਰਨਲ ਪੁਰੋਹਿਤ, ਇਹਨਾਂ ਨੂੰ ਮਾਲੇਗਾਓਂ ਵਾਲਾ ਸਮਝੌਤਾ ਬਲਾਸਟ, ਜਿਹੜਾ ਮੱਕਾ ਮਸਜਿਦ ਜਿਹੜਾ ਬਲਾਸਟ ਹੈ ਉਹਦੇ ਵਿੱਚ ਇਹ ਲੋਕ ਆਰੋਪੀ ਨੇ, ਉਹਨਾਂ ਨੂੰ ਬਚਾਓ ਤੇ ਉਹਨਾਂ ਨੂੰ ਫਿਰ ਹੁਣ ਭੋਪਾਲ ਤੋਂ ਟਿਕਟ ਵੀ ਦੇ ਰਿਹਾ। ਤੇ ਜੋ ਰਣਨੀਤੀ ਔਰ ਜੋ ਕੰਮ ਇੰਦਰਾ ਗਾਂਧੀ ਕਰ ਰਹੀ ਸੀ, ਜੋ ਗਲਤੀਆਂ ਮੈਂ ਕਹਾਂਗਾ, ਉਹ ਇਸ ਵੇਲੇ ਮੋਦੀ ਕਰ ਰਿਹਾ। ਇਸ ਕਰਕੇ ਉਸ ਲਿਹਾਜ਼ ਨਾਲ ਦੇਖਿਆ ਜਾਵੇ ਤੇ ਜਿਸ ਤਰ੍ਹਾਂ ਸੰਸਥਾਵਾਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਸਾਰੀਆਂ, ਭਾਵੇਂ ਇਲੈਕਸ਼ਨ ਕਮਿਸ਼ਨ ਹੋਵੇ, ਭਾਵੇਂ ਸੁਪਰੀਮ ਕੋਰਟ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੋਵੇ, ਭਾਵੇਂ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਹੋਵੇ, ਭਾਵੇਂ ਉਹ CBI ਹੋਵੇ, ਭਾਵੇਂ ਉਹ ਇਨਕਮ ਟੈਕਸ ਡਿਪਾਰਟਮੈਂਟ ਹੋਵੇ, ਸਾਰੇ ਡਿਪਾਰਟਮੈਂਟਸ ਤੋਂ ਲਾਇਆ ਹੋਇਆ ਇੰਟੈਲੀਜੈਂਸ ਹੈ ਦੂਜਿਆਂ ਦੇ ਪਿੱਛੇ ਲਾਈ, ਉਹ ਸਾਰਾ ਕੰਮ ਜੋ ਇੰਦਰਾ ਗਾਂਧੀ ਕਰਦੀ ਸੀ ਉਹ ਮੋਦੀ ਕਰ ਰਿਹਾ। ਇਸ ਕਰਕੇ ਬੜਾ ਵੱਡਾ ਖਤਰਾ ਜ਼ਰੂਰ ਹੈ। ਇਸ ਖਤਰੇ ਨੂੰ, ਫਿਰਕਾ ਪ੍ਰਸਤੀ ਦੀ ਰਾਜਨੀਤੀ ਨੂੰ ਰੋਕਣ ਦੀ ਲੋੜ ਹੈ, ਪਰ ਕਾਂਗਰਸ ਵੀ ਕੋਈ ਦੁੱਧ ਦੀ ਧੁੱਲੀ ਹੋਈ ਨਹੀਂ ਹੈ ਤੇ ਕਾਂਗਰਸ ਨੇ ਵੀ ਜਿਹੜੀਆਂ ਗਲਤੀਆਂ ਕੀਤੀਆਂ ਨੇ, ਜਾਂ ਤੇ ਇਹਨਾਂ ਨੂੰ ਇਹ ਟਾਈਟਲਰ ਵਰਗਿਆਂ ਨੂੰ ਬਾਹਰ ਕੱਢੇ ਤੇ ਆਪ ਜਿਹੜਾ ਸਾਫ਼ ਸੁਥਰੀ ਆਪਣੀ ਮਾਫ਼ੀ ਮੰਗ ਕੇ ਫਿਰ ਸਾਹਮਣੇ ਆਵੇ ਤਾਂ ਵਿਚਾਰ ਕੀਤਾ ਜਾ ਸਕਦਾ, ਉਹਦੇ ਇਲਾਵਾ ਵਿਚਾਰ ਨਹੀਂ ਕੀਤਾ ਜਾ ਸਕਦਾ। ਨਹੀਂ, ਦੇਖੋ ਦੋ ਗੱਲਾਂ ਨੇ, ਮੈਂ ਜੋ ਕਰਨਾ ਚਾਹੁੰਦਾ ਕਿ ਬਈ ਇੱਥੇ ਤਾਂ ਤੁਸੀਂ ਗਠਬੰਧਨ ਮੰਗ ਰਹੇ ਹੋ ਕਾਂਗਰਸ ਦੇ ਨਾਲ, ਪਰ ਪੰਜਾਬ ਦੇ ਵਿੱਚ ਤੁਸੀਂ ਓਪੋਜੀਸ਼ਨ ਦੇ ਵਿੱਚ ਹੈਗੇ ਹੋ, ਜਾਂ ਤੇ ਫਿਰ ਤੁਸੀਂ ਗਠਬੰਧਨ ਮੰਗ ਰਹੇ ਹੋ ਤੇ ਤੁਸੀਂ ਕਿਸ ਬਿਹਾਫ ਤੇ ਮੰਗ ਰਹੇ ਹੋ? ਪੰਜਾਬ ਦੇ ਵਿੱਚ ਤੁਸੀਂ ਕਾਂਗਰਸ ਨੂੰ ਗਾਲਾਂ ਕੱਢਦੇ ਹੋ ਕਿ ਵੀ ਕੈਪਟਨ ਨੇ ਇਹ ਕੀਤਾ, ਕੈਪਟਨ ਨੇ ਉਹ ਕੀਤਾ, ਉੱਥੇ ਵਿਰੋਧ ਕਰਦੇ ਹੋ, ਇੱਥੇ ਤੁਸੀਂ ਗਠਬੰਧਨ ਮੰਗ ਰਹੇ ਹੋ। ਏਜੰਡਾ ਚਲੋ ਭਾਵੇਂ ਕਲੀਅਰ ਹੋ, ਕਹਿੰਦੇ ਕਿ ਅਗਰ ਬੀਜੇਪੀ ਕਿਉਂ ਹਰਾਉਣਾ, ਤਾਂ ਕਿਉਂ ਆਮ ਆਦਮੀ ਪਾਰਟੀ ਨੂੰ ਕੰਫੀਡੈਂਸ ਕਿਉਂ ਨਹੀਂ ਹੈਗਾ ਆਪਣੇ? ਮੈਨੂੰ ਲੱਗਦਾ ਯਾਨੀ ਉਹ ਮੰਨਦੀ ਹੈ ਕਿ ਆਮ ਆਦਮੀ ਪਾਰਟੀ ਮੰਨਦੀ ਹੈਗੀ ਆ ਕਿ ਵੀ ਬੀਜੇਪੀ ਜਿਹੜੀ ਹੈਗੀ ਇਸ ਟਾਈਮ ਦਿੱਲੀ ਜ਼ਿਆਦਾ ਸਟਰੋਂਗ ਹੈਗੀ? ਮੈਂ ਤੇ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਹੀ ਚੰਗਾ ਮੰਨਦਾ ਕਿ ਉਸਨੇ ਉਸ ਦਿੱਲੀ ਦੇ ਵਿੱਚ ਕਾਂਗਰਸ ਨੂੰ ਜ਼ੀਰੋ ਤੇ ਲਿਆ ਦਿੱਤਾ, ਜਿਸ ਦੇ ਵਿੱਚ ਉਸਨੇ ਇੰਨਾ ਵੱਡਾ ਕਤਲੇਆਮ ਕੀਤਾ ਸੀ। ਔਰ ਇਹ ਗੱਲ ਮੈਂ ਆਪਣੀ ਜਦੋਂ 84 ਦੇ ਕਤਲੇਆਮ ਦੇ ਖਿਲਾਫ ਆਪਣਾ ਰੈਜ਼ੋਲੂਸ਼ਨ ਪਾਸ ਕਰਾਇਆ 30 ਜੂਨ 2015 ਨੂੰ, ਤੇ ਮੈਂ ਫਲੋਰ ਦੇ ਉੱਤੇ ਕਹੀ ਵੀ ਹੈ ਕਿ ਮੈਨੂੰ ਖੁਸ਼ੀ ਹੈ ਕਿ ਅੱਜ ਜਿਸ ਦਿੱਲੀ ਦੇ ਵਿੱਚ ਹਜ਼ਾਰਾਂ ਸਿੱਖ ਮਾਰ ਦਿੱਤੇ ਗਏ ਸੀ, ਅੱਜ ਜਦੋਂ ਮੈਂ ਇਹ ਰੈਜ਼ੋਲੂਸ਼ਨ ਰੱਖ ਰਿਹਾ ਤੇ ਇਸ ਵਿਧਾਨ ਸਭਾ 'ਚ ਅੱਜ ਕਾਂਗਰਸ ਦਾ ਇੱਕ ਵੀ MLA ਨਹੀਂ ਹੈ। ਕਾਂਗਰਸ ਡੈਸੀਮੇਟ ਕਰ ਦਿੱਤੀ ਹੈ ਦਿੱਲੀ ਦੇ ਅੰਦਰ, ਉਹ ਕੁਝ ਨਹੀਂ ਹੈ। ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਦੇ ਨਾਲ ਕੋਈ ਸਮਝੌਤਾ ਕਰਨਾ ਚਾਹੀਦਾ, ਖਾਸ ਕਰ ਜਦੋਂ ਅੱਗੇ 2020 ਦੀਆਂ ਵਿਧਾਨ ਸਭਾ ਚੋਣਾਂ ਵੀ ਆ ਰਹੀਆਂ ਨੇ, ਤੇ ਇਸ ਕਰਕੇ ਉਹਨੂੰ ਇੱਥੇ ਦਿੱਲੀ ਵਿੱਚ ਜਿਉਂਦਾ ਕਿਸੇ ਵੀ ਢੰਗ ਨਾਲ ਕਰਨਾ ਨਹੀਂ ਚਾਹੀਦਾ, ਇਹ ਸਿਆਸਤ ਵੀ ਕਹਿੰਦੀ ਹੈ ਬਿਲਕੁਲ, ਕਿਉਂਕਿ ਅੱਜ ਇਸ ਕਰਕੇ ਮੈਂ ਫਿਰ ਸਭ ਕਹਿ ਰਿਹਾ, ਮੈਨੂੰ ਉਹਦੇ 'ਚ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ ਕਿ ਇਹ ਸਟੈਪ ਜਿਹੜਾ ਇਹ ਗਲਤ ਹੈ, ਪਰ ਮੈਂ ਆਪ ਇਕੱਲਾ ਆਮ ਆਦਮੀ ਪਾਰਟੀ ਨਹੀਂ ਹਾਂ, ਲੇਕਿਨ ਮੇਰੀ ਰਾਏ ਉਹ ਮੈਂ ਸਪਸ਼ਟ ਕਰ ਦਿੱਤੀ ਹੈ ਤੇ ਜੇ ਕੋਈ ਸਮਝੌਤਾ ਹੁੰਦਾ ਆ ਤੇ ਮੈਂ ਉਸ ਸਮਝੌਤੇ ਦੇ ਵਿੱਚ ਪਾਰਟ ਨਹੀਂ ਬਣਾਂਗਾ, ਮੈਂ ਉਹਦਾ ਕੋਈ ਸਪੋਰਟ ਨਹੀਂ ਕਰਾਂਗਾ। ਕਿਉਂਕਿ ਦੇਖੋ ਜਰਨੈਲ ਜੀ, ਗੱਲ ਪਤਾ ਕੀ, ਗੱਲ ਸਿੱਧੀ ਸਿੱਧੀ, ਅੱਜ ਤੁਸੀਂ ਕਾਂਗਰਸ ਦੇ ਨਾਲ ਮਿਲ ਕੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਚੱਲੇਗੀ, ਵੋਟਾਂ ਮੰਗੇਗੀ, ਠੀਕ ਹੈ, ਏਜੰਡਾ ਕਲੀਅਰ ਹੈ ਕਿ ਬਈ ਤੁਸੀਂ ਜਿਹੜਾ ਹੈਗਾ ਕਿ ਬੀਜੇਪੀ ਨੂੰ ਹਰਾਉਣਾ ਚਾਹੁੰਦੇ ਹੋ,
ਤੇ ਇੱਕ ਵੱਡੀ ਪਾਰਟੀ ਨੂੰ ਹਰਾਉਣ ਵਾਸਤੇ ਜਿਹੜਾ ਹੈਗਾ ਦੋ ਪਾਰਟੀਆਂ ਯੂਨਾਈਟ ਹੁੰਦੀਆਂ ਠੀਕ ਹੈ ਪਰ ਕੱਲ ਨੂੰ ਜਦੋਂ ਵਿਧਾਨ ਸਭਾ ਚੋਣਾਂ ਦੇ ਵਿੱਚ ਹੋਣਗੀਆਂ ਤੇ ਕੀ ਮੂੰਹ ਲੈ ਕੇ ਕਾਂਗਰਸ ਲੋਕਾਂ ਦੇ ਵਿੱਚ ਜਾਏਗੀ ਤੇ ਕੀ ਮੂੰਹ ਲੈ ਕੇ ਆਮ ਆਦਮੀ ਪਾਰਟੀ ਲੋਕਾਂ ਦੇ ਵਿੱਚ ਜਾਏਗੀ ਇਹ ਇੱਕ ਹਾਸੋ ਜਿਹੀ ਸਿਚੁਏਸ਼ਨ ਜਿਹੜੀ ਹੈਗੀ ਉਸ ਸਮੇਂ ਬਣ ਜਾਏਗੀ ਔਰ ਸਭ ਤੋਂ ਵੱਡੀ ਗੱਲ ਜੇ ਗਠਬੰਧਨ ਦੀ ਗੱਲ ਕੀਤੀ ਜਾ ਰਹੀ ਹੈ ਗਠਬੰਧਨ ਪਹਿਲੇ ਪ੍ਰਾਇਓਰਟੀ ਤੇ ਮੰਗਿਆ ਜਾ ਰਿਹਾ ਜੀ ਦਿੱਲੀ ਚ ਦਿੱਲੀ ਚ ਮੰਗਿਆ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਫਿਰ ਕਹਿੰਦੇ ਜੀ ਸਾਨੂੰ ਹਰਿਆਣੇ ਦੇ ਵਿੱਚ ਵੀ ਚਾਹੀਦੀ ਹੈ ਔਰ ਚੰਡੀਗੜ੍ਹ ਦੀ ਸੀਟ ਮੰਗੀ ਜਾ ਰਹੀ ਹੈਗੀ ਆ ਔਰ ਉਸ ਤੋਂ ਇਲਾਵਾ ਪੰਜਾਬ ਦੇ ਵਿੱਚ ਕਿਉਂ ਨਹੀਂ ਗਠਬੰਧਨ ਮੰਗਿਆ ਜਾ ਰਿਹਾ ਜੀ ਦਿੱਲੀ ਔਰ ਹਰਿਆਣੇ ਦੇ ਵਿੱਚ ਮੰਗਿਆ ਜਾ ਰਿਹਾ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਮੰਗਿਆ ਜਾ ਰਿਹਾ ਜਦਕਿ ਪੰਜਾਬ ਦੇ ਵਿੱਚ ਤੇ ਤੁਹਾਡੇ 20 MLA ਹੈਗੇ ਆ ਆਲਰੇਡੀ 4 ਤੁਹਾਡੇ MP ਹੈਗੇ ਆ ਤੇ 13 ਵਿੱਚੋਂ ਜੇ 4 ਤੁਹਾਡੇ MP ਹੈਗੇ ਆ ਜਿੱਥੇ ਤੁਹਾਨੂੰ ਪਤਾ ਕਿ ਤੁਹਾਡੀ ਜਿਹੜੀ ਸਿਚੁਏਸ਼ਨ ਹੈਗੀ ਆ ਕੰਡੀਸ਼ਨ ਜੋ ਹੈਗੀ ਆ ਸਟਰੋਂਗ ਹੈਗੀ ਆ ਪੰਜਾਬ ਦੇ ਵਿੱਚ ਗਠਬੰਧਨ ਕਿਉਂ ਨਹੀਂ ਮੰਗ ਰਿਹਾ ਤੁਸੀਂ ਦੇਖੋ ਮੈਂ ਫਿਰ ਕਹਿ ਰਿਹਾ ਮੈਂ ਪੰਜਾਬ ਦਾ ਸਹਿ ਪਰਿਵਾਰੀ ਪਹਿਲੇ ਸੀ 2 ਸਾਲ ਤੋਂ ਪੰਜਾਬ ਦੇ ਵਿੱਚ ਕੀ ਹੋ ਰਿਹਾ ਮੈਂ ਉਹਦੇ ਚ ਸ਼ਾਮਿਲ ਨਹੀਂ ਹਾਂ ਤੁਸੀਂ ਸਹਿ ਪ੍ਰਭਾਰੀ ਵੀ ਸੀਗੇ ਨਾਲ ਸੰਜੇ ਸਿੰਘ ਜਿਨ੍ਹਾਂ ਦੀ ਗਠਬੰਧਨ ਦੀ ਡਿਊਟੀ ਲਗਾਈ ਹੈ ਉਹ ਪੰਜਾਬ ਦੇ ਪ੍ਰਭਾਰੀ ਰਹਿ ਚੁੱਕੇ ਆ ਪਰ ਮੈਂ 2 ਸਾਲ ਤੋਂ ਪੰਜਾਬ 'ਚ ਕੀ ਚੱਲ ਰਿਹਾ ਉਹਦੇ 'ਚ ਮੇਰਾ ਕੋਈ ਦਖਲ ਨਹੀਂ ਹੈ ਮੈਂ ਸਾਫ਼ ਕਹਿ ਦਿੰਦਾ ਤੇ ਉੱਥੇ ਜੋ ਚੱਲ ਰਿਹਾ ਮੇਰਾ ਆਪਣਾ ਮੰਨਣਾ ਹੈ ਕਿ ਜੇਕਰ ਆਪਾਂ ਕੁਝ ਗਲਤੀਆਂ ਆਪਾਂ ਪੰਜਾਬ 'ਚ ਕੀਤੀਆਂ ਔਰ ਅਗਰ ਆਪਾਂ ਨਾ ਕਰਦੇ ਤੇ ਅਕਾਲੀ ਦਲ ਨੂੰ ਲੋਕ ਮੂੰਹ ਲਾਉਣਾ ਨਹੀਂ ਚਾਹੁੰਦੇ ਇਸ ਵੇਲੇ ਜੋ ਸਿਚੁਏਸ਼ਨ ਹੈ ਤੇ ਕਾਂਗਰਸ ਦੇ 2 ਸਾਲ ਹੋ ਗਏ ਆਪਣੇ ਵਾਅਦੇ ਪੂਰੇ ਨਹੀਂ ਕਰ ਸਕੀ ਤੇ ਤੀਜਾ ਅਲਟਰਨੇਟਿਵ ਆਮ ਆਦਮੀ ਪਾਰਟੀ ਨੇ ਉੱਥੇ ਬਣਨਾ ਸੀ ਪਰ ਆਪਣਾ ਆਪਣੀਆਂ ਬਹੁਤ ਗਲਤੀਆਂ ਕੀਤੀਆਂ ਮੈਂ ਸੁਚੇਤ ਵੀ ਕੀਤਾ ਪਰ ਹੁਣ ਜੇ ਜੋ ਸਿਚੁਏਸ਼ਨ ਹੈਗੀ ਹੈ ਉਹਦੇ ਵਿੱਚ ਮੇਰੀ ਕੋਈ ਐਸੀ ਕੋਈ ਗੱਲ ਮਤਲਬ ਮੰਨੀ ਨਹੀਂ ਗਈ ਜਿਸ ਤਰ੍ਹਾਂ ਦੇ ਨਾਲ ਹੈ ਤੁਸੀਂ ਇਸ ਕਰਕੇ ਮੈਂ ਉਹਦੇ ਵਿੱਚ ਜ਼ਿਆਦਾ ਦਖਲ ਅੰਦਾਜ਼ੀ ਨਹੀਂ ਕਰ ਰਿਹਾ ਮੈਂ ਪੰਜਾਬ 'ਚ ਮੈਂ ਪ੍ਰਚਾਰ ਕਰਨ ਵੀ ਨਹੀਂ ਜਾ ਰਿਹਾ ਤੇ ਮੈਨੂੰ ਇਹਨਾਂ ਨੇ ਸਟਾਰ ਪ੍ਰਚਾਰਕ ਬਣਾਇਆ ਇੱਥੇ ਵੀ ਮੈਂ ਪਰ ਮੈਂ ਉਹਦੇ 'ਚ ਅਜੇ ਇੰਟਰਸਟ ਨਹੀਂ ਲੈ ਰਿਹਾ ਜਦ ਤੱਕ ਇਹ ਗਠਬੰਧਨ ਵਾਲੀ ਗੱਲ ਕਲੀਅਰ ਨਹੀਂ ਹੁੰਦੀ ਹੈ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ ਬੋਲ